पहाड़ से चढ़ना, इसी कोई पहाड़ है उतना चढ़े काफी ऊंचाई थे, लेकिन हाल ही बहने पे उत्ते पता नहीं किले पूछते हैं आसे भाई तुसा बहुत तेज ही भाई। असें ओ उच्ची रस्ती पे पहाड़ी इंदे परले पासो सानू तो चढ़ना चाहते लेकिन थोड़ा मिट्टी गिरती बनी है। ये ऊंचाई है सिंह नहीं पे चढ़ता देख लो भी कितनी बड़ी बड़ी चढ़ता पे मतलब ऊंचाई है। बंदा रिकॉर्डिंग भी करना मतलब चढ़ वजे तो बड़ी एक है मुश्किल है रिकॉर्ड करते चढ़ो। ओए नो नो तुसे डाय वैसे मोबाइल भी डाय सी नहीं बस थके कहने ली मैं थक गया। ओए छोटी बेर खड़ी है ते ओए अल्लाह अकबर लासों के भी आसान सेट लाने शायद के एक घंटा लग भी लाने से जूते लाल है। ओए ओए यार तू पत्थर मार ना सट बड़ी खतरनाक रस्ता से भी घिनवाई अज तेरी ख्वाहिश है वापसी से बड़ा नंबर लूँ तो ओए ओए आवाज नहीं पैसी यहां से भी तो पत्थर सटे ओए पत्थर ना सट तो मेरे को डर लगता पे सारे पड़े तो झीके छोटे नहीं जमे सब चढ़ रहे थे ओए 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 मैं वीडियो स्टॉप करना पैसे ब्रेक ला लेना थोड़ी देर वास्ते ओए काफ़ी देर तो चढ़ा सी हूँ मजीद उत्ते भी जाना से मैं रिकॉर्डिंग थोड़ी करना पा मैं चलो वीडियो बंदा देख के मेरा इतना कुछ आसान है चढ़ना मिट्टी चलो पैर बंदे फस होने लेकिन इतों अगर पैर तिल गया ना इतने इतों कने ये इतों कने तिले बहुत बड़ा खड्डा इतना अस बई नहीं बही था चढ़े तो ये देखो ये मिट्टी बिल्कुल नरम है ये फिसल बनती है मतलब तिलकिया हुई तिले ढाई वैसी तकरीबन मैं चढ़ गया उसे मैं उत्ते पहुंच गया ते कुछ हद तक नहीं बीते ना ओ ना डर में ढाई वैसे पिछते वाल खतरा होने ते तो बंदा ढाई में बजता भी नहीं था बहुत ज्यादा झेक के पत्थर लगते बंदे को है नहीं ज्यादा है नजर था थोड़ा पे ज्यादा तो ये देखो सही ये जमीन में सीधी तो इतों के तलने बिल्कुल खड्डा है था बिल्कुल शायद के 200 फुट के करीब उसी है you
ਜੇ ਨਹੀਂ ਠਾਂਦੀ ਕਰਾਮਲ ਬੀਂਦੇ ਉੱਤੇ ਚੜਿਆ ਹਨ ਮੇਰੇ ਹੱਥ ਕੰਬਦੇ ਪੈਣ ਕਾਫੀ ਹੈ ਕਿ ਥੱਕ ਗਿਆ ਮੈਂ ਮਜ਼ੀਦ ਉੱਪਰ ਇੱਥੋਂ ਇੱਥੋਂ ਨਾ ਸਾਰੀਆਂ ਪਹਾੜਾਂ ਦੇਖ ਸਕੋ ਤੁਸੀਂ ਇਹ ਪਹਾੜ ਦੇਖੋ ਸਾਰੇ ਕਾਫੀ ਉੱਚੇ ਲੰਬੇ ਪਹਾੜ ਮੈਨੂੰ ਥੱਕ ਪੈਂਦੇ ਬਹੁਤ ਜ਼ਿਆਦਾ ਚੜ੍ਹਨ ਦੇ ਔਰ ਮੈਂ ਸੋਚ ਕੇ ਮੈਂ ਰਿਕਾਰਡਿੰਗ ਲਾਜ਼ਮੀ ਕਰ ਸਕਾਂ ਮੈਂ ਤਾਂ ਕਿ ਦੋਸਤ ਸਭ ਆਪ ਦੇਖ ਵੀ ਕਹਿੰਦੇ ਸਨ ਅਤੇ ਇਹ ਚੋਟੀ ਬਹੁਤ ਜ਼ਿਆਦਾ ਉੱਚੀ ਹੈ ਕਾਫੀ ਉੱਚੀ ਉਹ ਡਾਉਣ ਦਾ ਵੀ ਖਦਸ਼ਾ ਇੰਨਾ ਇਹ ਅੱਜ ਕੱਲ੍ਹ ਜ਼ਿਆਦਾ ਮੋਟੀ ਕਹਿਣੀ ਪਹਿਲੇ ਮੈਂ ਚੜਿਆ ਮਿਸ਼ਾ ਅਤੇ ਡੂ ਖਟੜੇ ਜਿਤਨਾ ਖੁੱਲ੍ਹੀ ਆਈ ਉਹ ਇੱਥੇ ਅਸੀਂ ਵੀ ਕਈ ਬੰਦੇ ਚਾਹ ਬਣਾਈ ਸੀ ਆ ਚੁੱਲ ਬਣੀ ਪਈ ਤਾਂ ਵਾਹ ਵਾਹ ਦਰਸੋ ਬਰਤਨ ਚਾਤੀ ਉਹ ਆ ਹਾਏ ਹਾਏ ਪਾਣੀ ਕਰਵਾਉਣ ਆ ਤਾਂ ਕੂੰਦੀ ਵਾਰੇ ਫਿਰ ਆ ਨਹੀਂ ਤੇ ਕਿਆ ਫੀਲ ਹੋ ਰਿਹਾ ਆਪਕੋ ਚੜ੍ਹ ਉਹ ਥੱਕ ਤਾਂ ਨਹੀਂ ਪਏ ਪਸੀਨਾ ਤੋਂ ਕਿਉਂ ਆ ਗਏ ਬੜੀ ਸਰਦੀ ਆ ਇੱਥੇ ਰਾਜਸਥਾਨ ਹੈ ਸਾਰੀ ਰੇਤ ਹੈ ਅਸਾਂ ਜੀ ਕੁਝ ਰਸਤੇ ਤੇ ਚੜ੍ਹਦੇ ਹੋਏ ਸਾਂ ਰਿਕਾਰਡਿੰਗ ਕੀਤੀ ਹੈ ਔਰ ਇਹ ਗਿਰਦਾ ਹੁੰਦਾ ਰੋਜ਼ ਬਰੋਜ਼ ਸਾਂ ਪਹਿਲੇ ਤਾਂ ਚੜ੍ਹਿਆ ਵੀ ਅਸੀਂ ਉੱਤੇ ਨੇ ਵੀ ਉੱਤੇ ਅੱਜ ਅਗਰ ਤੂੰ ਚੜ੍ਹਨਾ ਪਏ ਚੜ੍ਹ ਸੋ ਨਹੀਂ ਬੇ ਮੋਬਾਈਲ ਟੁੱਟ ਵੈਸੇ ਤਾਂ ਰਹਿ ਗਿਆ ਬੜੀ ਉੱਚੀ ਪਹਾੜੀ ਹੈ ਨਹੀਂ ਨਾ ਬੀ ਓ ਨਹੀਂ ਨਹੀਂ ਜਾਣਾ ਆਪਣੇ ਨਹੀਂ ਬੇ ਚੜ੍ਹਦੇ ਪਹਿਲ ਕਈ ਸਾਲ ਦੇ ਬਾਅਦ ਸਹੀ ਵੈਸੇ ਤਾਂ ਕੋਈ ਬੰਦਾ ਇੱਥੇ ਤਾਂ ਨਾਲ ਤੇ ਖੈਰ ਅੱਗੂ ਤਾਂ ਕੋਈ ਨਹੀਂ ਗਿਆ ਓਹ ਕਿਉਂਕਿ ਜ਼ਿੰਦਗੀ ਵੀ ਬੰਦੇ ਦੀ ਜ਼ਿਆਦਾ ਜ਼ਰੂਰੀ ਹੈ ਓ ਇਸ ਜਗ੍ਹਾ ਤੱਕ ਬੰਦੇ ਆਏ ਇਹ ਛੋਟੀ ਅਸੀਂ ਪਹਾੜ ਦੀ ਇੱਕ ਜਗ੍ਹਾ 'ਤੇ ਬੜੀ ਉੱਚੀ ਸੂਰਜ ਟਾਈਮ ਕਿਆ ਹੋ ਗਿਆ ਟਾਈਮ ਕਿਆ ਸੀ ਗਏ ਮੇਰਾ ਸਾਇਆ ਬਣੇ ਦਰਦ ਨਾ ਪਤਾ ਮੈਂ ਆਸਰਾ ਗਿਣਤੇ ਹੁੰਦਾ ਪਿਆ ਕਿਉਂਕਿ ਬੰਦਾ ਡਹਿ ਸਕਦੇ ਤਾਂ ਦੇਖੋ ਪਹਾੜੀ ਵੈਸੇ ਤਾਂ ਮੋਟੀ ਨਜ਼ਰ ਆਉਂਦੀ ਪਈ ਹੈ ਔਰ ਇਹ ਵੀ ਖੁੱਲ੍ਹੇ ਉੱਤੇ ਕਹਿੰਦੀ ਖੈਰ ਥੱਲੇ ਪੱਥਰ ਨਹੀਂ ਦੇ ਡਹਿ ਸਕਦੀ ਹੈ ਹਾਂ ਉੱਤੇ ਕਿਉਂਕਿ ਯਕਦਮ ਉੱਚੀ ਹੈ ਜਿਵੇਂ ਕਿ ਕਮਰਾ ਉੱਚਾ ਹੁੰਦਾ ਯਕਦਮ ਅਤੇ ਹਰ ਪੱਥਰ ਨੂੰ ਪਕੜਨ ਉੱਤੇ ਡਹਿ ਰਹੇ ਸੀ ਉਹ ਪੱਥਰ ਇਹੀ ਕੁ ਅਸੀਂ ਵੀ ਇੱਕ ਪੱਥਰ ਮਾਰੋ ਕੋਈ ਪੱਥਰ 'ਤੇ ਹਾਂ ਇਹ ਕਿਆ ਸਖਤ ਹੈ ਨਿੱਚਾ ਹੁਣ ਮਾਰੋ ਵੱਡਾ ਵੱਡਾ ਪੱਥਰ ਮਾਰੋ ਨਜ਼ਰ ਨਹੀਂ ਪੈਂਦਾ ਇੱਥੇ ਉੱਥੇ ਦੂਰ ਤੱਕ ਪੱਥਰ ਨਜ਼ਰ ਨਹੀਂ ਆਉਂਦੇ ਵੱਡੇ ਹੋਣ ਤੁਸੀਂ ਆਪ ਵੇਚਣਾ ਮੰਜ ਪਵੋ ਹਾਂ ਇਹ ਪੱਥਰ ਨਜ਼ਰ ਆਏ ਬਸ ਛੋੜ ਦਿਓ ਕਿਉਂਕਿ ਇਹ ਵੈਸੇ ਘੇਰਨ ਵੀ ਨੁਕਸਾਨ ਦੇ ਮੁਮਕਿਨ ਕਿ ਇਹਦੀ ਵਜ੍ਹਾ ਨਾਲ ਤੁਹਾਡੀ ਪਹਾੜੀ ਵੀ ਗਿਰ ਵਜੇ ਔਰ ਇਹ ਜਲਦੀ ਗਿਰ ਪੈਂਦੀ ਹੈ ਅਜੇ ਵੀ ਰਿਕਾਰਡ ਕਰਾਉਂਗੇ ਚਲੋ ਅੰਦਰ ਮੈਂ ਪੱਥਰ ਪੱਥਰ ਪਹੁੰਚ ਗਿਆ ਸੀ ਤਾਂ
ਬਿਲਕੁਲ ਜੰਗੇ ਪਤ ਦਾ ਸਿੱਧਾ ਕਰ ਲਓ ਫਿਰ ਬਸ ਜ਼ੋਰ ਲਾਉਣਾ ਤੁਸੀਂ 7 ਵਜੇ ਮੈਂ ਆਣਾ ਜਿਹੜੀ ਮੇਰੇ ਜੇਬ ਚ ਸਮਾਨ ਹੋਣਾ 2 ਵਜੇ ਲੁਕਾ ਰਹਾ ਹਾਂ ਇਹ ਲੱਗ ਗਿਆ ਬਿਲਕੁਲ ਅੱਛੀ ਜਗ੍ਹਾ ਤੇ ਲੱਗ ਗਿਆ ਸਾਰੀ ਪਾਣੀ ਛਿੱਲੀ ਹੈ ਅਸਾਂ ਗਏ ਉਹਨਾਂ ਤੇ ਵੱਟੇ ਮਾਰ ਮਾਰ ਕੇ ਬਨੂਏ ਮੈਂ ਇਹ ਬਨੂਏ ਹੋਰ ਚੰਗਾ ਤੇ ਰਹੀ ਹੁਣ ਲੋ ਕਿਥੋ ਇਹ ਪਾਸੇ ਲਾਉਂਦੇ ਆਸਾਨ ਸਾਈਡ ਕੋਲੋ ਥੱਕੋ ਬੋਲ ਜਾਣਾ ਇਥੋਂ ਤੇ ਸਭ ਕੋਲੋਂ ਮੁਸ਼ਕਿਲ ਥਾਂ ਆਈ ਇਥਾ ਨਾਲ ਨਾਲ ਦਾ ਸਾਰੇ ਕੋਲ ਇਥੋਂ ਮੁਸ਼ਕਿਲ ਹੈ ਇਹ ਸਸਤੀ ਨਾ 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 ਇਹ ਸਹੀ ਹੁੰਦੇ ਆਏ ਵੀ ਸੀ ਗੱਲ ਦਾ ਸਭ ਬਣਾ ਦੇ ਤਾਂ ਤਿਲਕਣ ਕੇ ਸੁਣ ਇਹ ਨਹੀਂ ਮੈਂ ਤਾਂ ਕੋ ਖੰਭਾ ਦਿਖਾ ਲਵਾਂ ਮੈਂ ਤੁਹਾ ਉਹ ਦੇਖੋ ਨਜ਼ਰ ਆਉਂਦਾ ਪਿਆ ਅਸੀਂ ਕਿਹੜੀ ਜਗ੍ਹਾ ਦਾ ਖੰਭਾ ਹੈ ਦੁਰਗੜਾ ਦੁਰਗੜਾ ਪੁਰਾਣੀ ਜਗ੍ਹਾ ਹੈ ਪੁਰਾਣੀ ਦਾ ਬੜਾ ਪੁਰਾਣਾ ਲੱਗਦਾ ਬਿਲਕੁਲ ਤੁਸੀਂ ਵਿਸ਼ਵਾਸ ਕਰ ਦੇ ਅੱਲਾ ਦਾ ਹੁਕਮ ਹੈ ਅਸੀਂ ਵੀ ਤਾਂ ਇਹ ਅਗਰ ਹੁਣ ਅਸਾਂ ਬਾਰਿਸ਼ ਆ ਵੀ ਇੱਥੇ ਅਗਰ ਖੁਦਾ ਕਰੇ ਅਗਰ ਬਾਰਿਸ਼ ਆ ਵੀ ਇੱਥੇ ਹੁਣ ਮੁਸ਼ਕਿਲ ਸੀ ਸਰ ਵਾਸਤੇ ਯਾਨੀ ਕਿ ਠੰਡ ਤਾਂ ਬਹੁਤ ਜ਼ਿਆਦਾ ਸੀ ਵੈਸੇ ਅੰਧਾਰੀ ਹਵਾ ਵੀ ਆਉਂਦੀ ਹੋਈ ਸੀ ਚੱਲਦੀ ਹੋਈ ਸੀ ਖੜੀ ਆਉਂਦੀ ਹੈ ਅੱਛਾ ਖੁਸ਼ਬੂਦਾਰ ਅੱਛਾ ਅੱਲਾ ਫਿਰ ਸਟਾਪ ਕਰਨ ਦੇ ਫਿਰ ਵੀਡੀਓ ਸਭ ਵਾਪਸੀ ਵੀ ਕਰਨੀ ਹੈ ਇੱਥੇ ਬੰਦੇ ਚਾਹ ਪੀਤੀ ਵੇ ਦੇਖੋ ਇਹ ਚਾਹ ਦਾ ਫੋਕਾ ਇੱਥੇ ਪੈ ਗਿਆ ਇਹ ਪੱਤੀ ਫੋਕਾ ਇੱਥੇ ਕਵੀ ਲਈ ਵਧੀ ਹੈ ਨਾ ਕਰੋ ਆਵਾਜ਼ ਨਹੀਂ ਪਿਆ ਨਾ ਸਾਡੋ ਪੱਥਰ